हलचल टीवी न्यूज। जिस देश भर दे विच कोरोना वायरस नूं लेके लोक फिकर मानदे उत्थे ही कुछ थावां ते कुदरत दे करिश्मे भी वेखण नूं मिले ने। जिहा ही देखण नूं मिलिया गढ़शंकर दे पिंड रामपुर बिलड़ो विच, जिथे पिछले दिन ही गऊं दे इक बछड़े नूं जन्म दित्ता है जिहदियां अगलियां लत्तां नहीं हन, जिस नूं कुदरत दा करिश्मा मन्निया जा रहा है। कुदरत करिश्मा समझ के उसका पालन पोषण करन लग पए। जदों इस बछड़े बारे लोकां नूं पता लग्गिया तां घरां दे विच लोकां दा जमावड़ा लग गया। मैं महिंद्रपाल पिंड रामपुर बिलड़ो, तो मेरी गां ने बच्छा दिता जी, जिहदियां दो लत्तां है नहीं मोहलियां, निपलना दुध पिलाने हैं, निपलना पानी पिलाने हैं, चक्के उर परे हो गए करते हैं, लत्तां ते वजन देन दा थोड़ा बहुत तुरदा फिरदा सी, ते हुण थोड़ा घट तुरदा। किन्ने क लोग उत्थे देखण आए? लोग बहुत आए है जी, जणी दो तीन पिंड लागे लागे सारे देखण आए है। इत्थे तां मेला लग्गिया रहा पूरा। ਤੁਸੀਂ ਕਿਸੇ ਨੂੰ ਡਿਪਾਰਟਮੈਂਟ ਨੂੰ ਕਿਸੇ ਨੂੰ ਹਸਪਤਾਲ ਆਏ ਦੱਸੋ? ਡਾਕਟਰ ਤਿੰਨ ਆਏ ਸੀਗੇ ਜੀ, ਉਹਨਾਂ ਨੂੰ ਦੱਸਿਆ ਸੀਗਾ, ਉਹ ਕਹਿੰਦੇ ਅਸੀਂ ਮਤਲਬ ਸਾਡੀ ਸਮਝ ਤੋਂ ਬਾਹਰ ਹੈਗਾ ਜੀ। ਹਾਂ, ਅਸੀਂ ਦੇਖਿਆ ਨਹੀਂ, ਚਾਣ ਸੇ ਨਹੀਂ ਦੇਖਿਆ ਕਦੇ। ਕਹਿੰਦੇ ਇਹਦੇ ਬਾਰੇ, ਇਲਾਜ ਬਾਰੇ ਜਾਂ ਕਿਸੇ ਹੋਰ ਕਿਸੇ ਨਾਲ ਤੁਸੀਂ ਸੰਪਰਕ? ਯੂਨੀਵਰਸਿਟੀ ਆਇਆ, ਫੋਨ 'ਤੇ ਗੱਲ ਕੀਤੀ ਸੀ, ਉਹਨਾਂ ਨੇ ਸਾਨੂੰ ਫੋਨ ਹੀ ਕੀਤਾ ਵੀ ਅਸੀਂ ਲੈ ਜਾਣਾ, ਮੁੜ ਕੇ ਆਇਆ ਕੋਈ ਨਹੀਂ, ਉਹਨਾਂ ਦਾ ਨਾ ਫੋਨ ਆਇਆ ਨਾ ਆਏ। ਅਤੇ ਇਹਦੀ ਦੇਖਭਾਲ ਫਿਰ ਤੁਸੀਂ ਕਰੋਗੇ? ਹਾਂ, ਅਸੀਂ ਕਰਦੇ ਹਾਂ ਜੀ ਦੇਖਭਾਲ, ਇਹਦੀ ਚੱਕ ਥੱਲ ਜੋ ਵੀ ਕਰਦੇ ਹਾਂ ਅਸੀਂ ਕਰਦੇ ਹਾਂ। ਠੀਕ ਹੈ। ਤੇ ਕੋਈ ਮੋਰੇ ਖੁਰ ਖੁਰ ਵੀ ਲਵਾ ਰਹੇ ਇਹਦੇ? ਕੋਈ ਨਹੀਂ ਜਾਂ ਅਸੀਂ ਇੱਕ ਸਿਸਟਮ ਚੱਲਿਆ ਜੀ, ਉਹ ਮੁੰਡਾ ਭੱਜਣਾ ਦੱਸਦਾ ਕਿ ਬੈਲਟ ਪਾ ਕੇ ਨਾ ਜੀ, ਤੇ ਉਹਦਾ ਮਤਲਬ ਇੱਥੇ ਕਿੱਲ ਕੱਢ ਗਿਆ ਇਹਦੇ ਵਿੱਚ ਦਰਖਤ ਵਿੱਚ ਜਿਹੜਾ ਘੁੰਮੀ ਜਾਵੇ, ਪਰ ਉਹ ਵੀ ਕਾਮਯਾਬ ਨਹੀਂ ਹੋਊਗਾ ਮੇਰੇ ਖਿਆਲ ਨਾਲ। ਠੀਕ ਹੈ। ਪਿੰਡ ਰਾਮਪੁਰ ਬੇੜੋ ਮਹਿੰਦਰਪਾਲ ਜ਼ਿਮੀਂਦਾਰ ਹੈ, ਉਹਦੇ ਘਰ ਇੱਕ ਬੱਚਾ ਹੋਇਆ ਜਿਹਦੀਆਂ ਕਿ ਅਗਲੀਆਂ ਲੱਤਾਂ ਹੈ ਨਹੀਂ, ਔਰ ਇਹ ਜ਼ਿੰਦਗੀ 'ਚ ਅਸੀਂ ਪਹਿਲੀ ਵਾਰ ਦੇਖਿਆ ਕਿ ਇੱਦਾਂ ਦਾ ਕੋਈ ਚਾਂਸ ਵੀ ਜਿਹਦੇ ਬੱਚੇ ਦੀਆਂ ਲੱਤਾਂ ਨਾ ਹੋਣ। ਔਰ ਯੂਨੀਵਰਸਿਟੀ ਤੋਂ ਵੀ ਡਾਕਟਰ ਆਏ ਆ, ਉਹਨਾਂ ਦਾ ਫੋਨ ਆਇਆ, ਡਾਕਟਰ ਵੀ ਆਏ ਆ, ਲੇਕਿਨ ਉਹ ਕਹਿੰਦੇ ਸੀ ਅੱਜ ਤੱਕ ਇਹ ਕੋਈ ਵੀ ਚੀਜ਼ ਕਿਤੇ ਦੇਖੀ ਨਹੀਂ, ਅਤੇ ਇਹਨੂੰ ਅਸੀਂ ਕੁਦਰਤ ਦਾ ਕਿਸਮਾ ਹੀ ਕਹਾਂਗੇ। ਲੇਕਿਨ ਹਜੇ ਤੱਕ ਕਿਸੇ ਵੀ ਡਾਕਟਰ ਨੇ ਇਹ ਨਹੀਂ ਵੀ ਤਾਂ ਕੋਈ ਇਲਾਜ ਹੋ ਜਾਏ, ਕੋਈ ਹੱਲ ਹੋ ਜਾਏ, ਅਤੇ ਹੁਣ ਇਹ ਨਿੱਪਲ ਨਾਲ ਦੁੱਧ ਬੁਲਾਉਂਦੇ, ਨਿੱਪਲ ਵਾਲੇ ਪਾਣੀ ਬੁਲਾਉਂਦੇ ਆ, ਇਹੀ ਸੇਵਾ ਕਰਦੇ। ਦੁਨੀਆ ਬੜੀ ਬੁਰੀ ਦੂਰੋਂ ਦੁਨੀਆ ਦੇਖਣ ਆਉਂਦੀ ਹੈ, ਤੁਹਾਨੂੰ ਹਰ ਇੱਕ ਇਹੀ ਕਹਿੰਦਾ ਕਿ ਕੁਦਰਤ ਦਾ ਕਿਸਮਾ ਹੈ, ਹੋਰ ਕੁਛ ਨਹੀਂ ਹੈ।